ਜਿੱਥੇ ਖੈਰ ਆਦੀ ਪੈਰੋਲ ਉੱਤੇ ਰਿਹਾਈ ਹੋਈ ਹੈ ਉੱਥੇ ਉਧਰ ਹੀ ਸਰਬੱਤ ਖਾਲਸਾ ਦੌਰਾਨ ਐਲਾਨੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਵੀ ਜ਼ਮਾਨਤ ਉੱਤੇ ਰਿਹਾਈ ਹੋ ਗਈ ਹੈ ਭਾਈ ਧਿਆਨ ਸਿੰਘ ਮੰਡ ਬੀਤੇ ਦਿਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਰਿਹਾ ਹੋ ਕੇ ਬਾਹਰ ਆਏ ਜਿੱਥੇ ਮੰਡ ਨੇ 10 ਨਵੰਬਰ ਨੂੰ ਹਰ ਹਾਲ ਵਿੱਚ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਬੁਲਾਏ ਜਾਣ ਦੀ ਗੱਲ ਆਖੀ ਅਤੇ ਦਾਅਵਾ ਕੀਤਾ ਕਿ ਪਿਛਲੇ ਸਰਬੱਤ ਖਾਲਸਾ ਤੋਂ ਇਸ ਵਾਰ 10 ਗੁਣਾ ਵਧੇਰੇ ਇਕੱਠ ਹੋਵੇਗਾ ਉਹਨਾਂ ਨਾਲ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਆਪਣੇ ਨਿਸ਼ਾਨੇ ਉੱਤੇ ਲਿਆ ਗੌਰਤਲਬ ਹੈ ਕਿ ਧਿਆਨ ਸਿੰਘ ਮੰਡ ਨੂੰ ਨਾਭਾ ਜੇਲ੍ਹ ਤੋਂ ਰਿਹਾਅ ਹੋਣ ਤੁਰੰਤ ਬਾਅਦ ਹੀ ਫਿਰੋਜ਼ਪੁਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਸਰਕਾਰ ਆਪਣੀ ਨਲਾਇਕੀ ਛਪਾਉਣ ਵਾਸਤੇ ਆਪਣੀਆਂ ਕਮਜ਼ੋਰੀਆਂ ਛਪਾਉਣ ਵਾਸਤੇ ਉਹਨਾਂ ਨੇ ਬਹੁਤ ਮਹਾਨ ਗਲਤੀ ਕੀਤੀ ਆ ਅਕਾਲ ਤਖਤ ਦੇ ਅਤੇ ਦੂਜੇ ਤਖਤਾਂ ਦੇ ਜਥੇਦਾਰਾਂ ਨੂੰ ਕੇਸ ਪਾ ਕੇ ਜੇਲ੍ਹ 'ਚ ਬੰਦ ਕੀਤਾ ਪੰਜ ਪਿਆਰਿਆਂ ਨੂੰ ਮੁਅੱਤਲ ਕੀਤਾ ਇਹ ਬਹੁਤ ਗਲਤ ਫੈਸਲੇ ਲਏ ਨੇ ਸਰਬੱਤ ਖਾਲਸਾ ਕਿਸੇ ਇੱਕ ਬੰਦੇ ਦੀ ਟੀਮ ਨਹੀਂ ਹੈਗੀ ਇੱਕ ਪਾਰਟੀ ਦੀ ਟੀਮ ਨਹੀਂ ਹੈਗੀ ਇਹ ਸਾਰੀ ਕੌਮ ਦੀ ਗੱਲ ਆ 16 ਦੇ ਵਿੱਚ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਸੱਦਿਆ ਔਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਊਗਾ ਜਿਹੜਾ ਇਕੱਠ ਚੱਬੇ ਦੀ ਧਰਤੀ ਦੇ ਸਰਬੱਤ ਖਾਲਸੇ ਦਾ ਹੋਇਆ ਮੈਂ ਬੜੇ ਵਿਸ਼ਵਾਸ ਨਾਲ ਕਹਿੰਦਾ ਉਦੋਂ 10 ਗੁਣਾ ਵੱਧ ਉੱਥੇ ਗੁਰੂ ਦੇ ਸਿੱਖ ਦੇ ਨਾਲ ਗੁਰੂ ਹੋਵੇ ਸੰਗਤ ਹੋਵੇ ਪਿੱਛੇ ਉਹਨੂੰ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਸਾਨੂੰ ਦੀਵਾਲੀ ਦੇ ਉੱਤੇ ਸੰਦੇਸ਼ ਪੜ੍ਹਨ ਤੋਂ ਰੋਕਿਆ ਗਿਆ ਸੀ ਚੱਪੇ ਚੱਪੇ ਦੇ ਫੋਰਸਾਂ ਲਈਆਂ ਸੀ ਪਰ ਅਸੀਂ ਗਏ ਅਸੀਂ ਆਪਣਾ ਮਕਸਦ ਪੂਰਾ ਕੀਤਾ ਸੁਖਬੀਰ ਬਾਦਲ ਇਹ ਸਰਬੱਤ ਖਾਲਸੇ ਨੂੰ ਕੋਈ ਨਹੀਂ ਰੋਕ ਸਕਦਾ